ਹਾਂਜੀ ਬੇਟਾ ਗੁੱਡ ਆਫਟਰਨੂਨ ਜਿਹੜਾ ਚੈਪਟਰ ਆਪਾਂ ਪੜਨ ਜਾ ਰਹੇ ਆ ਤੁਹਾਨੂੰ ਪਤਾ ਹੀ ਹੈ ਦੋ ਪਾਰਟ ਤੁਸੀਂ ਕਰ ਚੁੱਕੇ ਹੋ ਸੋ ਨੈਕਸਟ ਪਾਰਟ ਅੱਜ ਕਰਨ ਜਾ ਰਹੇ ਆ ਜਿੱਥੇ ਆਪਾਂ ਪੜਨਾ ਛੱਡਿਆ ਸੀ ਉੱਥੇ ਅਲਾਈਸ ਜਿਹੜੀ ਆ ਉਹਨੇ ਕਾਫੀ ਚਾਬੀਆਂ ਜਿਹੜੀਆਂ ਸੀ ਉਹ ਦੇਖੇ ਸੀ ਲਗਾ ਕੇ ਤੇ ਲਾਸਟ ਚਾਬੀ ਜਿਹੜੀ ਆ ਛੋਟੇ ਡੋਰ ਨੂੰ ਲੱਗ ਗਈ ਸੀ ਸੋ ਉਸ ਤੋਂ ਬਾਅਦ ਕੀ ਹੁੰਦਾ ਹੈ ਆਓ ਪੜੀਏ ਅਲਾਈਸ ਓਪਨ ਦ ਡੋਰ ਐਂਡ ਫਾਊਂਡ ਥੈਟ ਇਟ ਲੈਡ ਇੰਟੂ ਅ ਸਮਾਲ ਪੈਸੇਜ ਨਾਟ ਮੱਚ ਲਾਰਜਰ ਦੈਨ ਅ ਰੈਟ ਹੌਲ she knelt down and saw the loveliest garden ever alice ne ki kita door open kita te ki dekhya ke ek chote je raste nu janda si so kinna ka rasta si o ode door de agge ke rat hole to vi poda vadda ni rat hole je ni hundi hai chuhe di hole jehdi hai aapa keh sakde she knelt down and saw the loveliest garden ever so godiyan de paar hoy knelt down means ਸੋ ਉਹਨੇ ਬਾਹਰ ਕੀ ਦੇਖਿਆ ਇੱਕ ਬਹੁਤ ਹੀ ਸੁੰਦਰ ਗਾਰਡਨ ਸੀ ਹਾਉ ਸ਼ੀ ਲਾਂਗਡ ਟੂ ਗੈਟ ਆਊਟ ਆਫ दैट ਡਾਰਕ ਹਾਲ ਐਂਡ ਵਾਂਡਰ ਅਬਾਊਟ ਅਮੰਗ ਦੋਜ਼ ਬੈਡਸ ਆਫ ਬ੍ਰਾਈਟ ਫਲਾwrs ਐਂਡ ਦੋਜ਼ ਕੋਲ ਫਾਊਂਟੇਨਸ ਬਟ ਸ਼ੀ ਕੁਡ ਨਾਟ ਈਵਨ ਗੈਟ ਹਰ ਹੈਡ ਥਰੂ ਦ ਡੋਰਵੇ ਸੋ ਕਿੰਨਾ ਉਹਨੂੰ ਵੇਖੋ ਮਨ ਵਿੱਚ ਸੋਚ ਰਹੀ ਸੀ ਕਿ ਮੈਂ ਇਸ ਡਾਰਕ ਜੇ ਹਾਲ ਤੋਂ ਜਿੱਧਰ ਆਪਾਂ ਉਹ ਫਸ ਗਈ ਸੀ ਉਹ ਤੋ ਉਸ ਤੋਂ ਬਾਅਦ ਨਿਕਲਾਂ ਤੇ ਬਾਹਰ ਜਿਹੜੇ ਬ੍ਰਾਈਟ ਫਲਾਅਰ ਨੂੰ ਦਿਸਦੇ ਪਏ ਸੀ ਤੇ ਫਾਉਂਟੇਨਸ ਦਿਖਦੇ ਪਏ ਸੀ ਉਧਰ ਨੂੰ ਉਧ ਜਾਣ ਦੀ ਇੱਛਾ ਜਿਹੜੀ ਆ ਉਹ ਪ੍ਰਗਟ ਕਰਨ ਦੀ ਸੀ ਪਰ ਕੀ ਕਰਦੀ ਕਿ ਉਹਦਾ ਸਿਰ ਵੀ ਜਿਹੜਾ ਆ ਉਸ ਡੋਰ ਦੇ ਵਿੱਚੋਂ ਦੀ ਲੰਘਦਾ ਨਹੀਂ ਸੀ ਐਲਾਈਸ ਵੈਂਟ ਬੈਕ ਟੂ ਦਾ ਟੇਬਲ ਸੋ ਕਿਧਰ ਆ ਗਈ ਵਾਪਸ ਟੇਬਲ ਵਾਲੇ ਪਾਸੇ ਆ ਗਈ ਜਿੱਥੋਂ ਨੇ ਕੀ ਚੱਕੀ ਸੀ this time she found a little bottle on it and tied around the neck of the bottle was a paper label with the words drink me beautifully printed on it in large letters so ਉਥੇ ਜਾ ਕੇ ਉਹਨੇ ਕੀ ਦੇਖਿਆ ਕਿ ਇੱਕ ਬੋਤਲ ਪਈ ਸੀ ਉਹਦੇ ਉੱਤੇ ਉਹਦੀ neck ਦੇ ਉੱਤੇ ਬੋਤਲ ਦੀ neck ਦੇ ਉੱਤੇ ਜਿਵੇਂ ਕਿ ਤੁਸੀਂ ਨੇੜੇ ਦੇਖ ਰਹੇ ਹੋ ਇਸੇ ਪਿਕਚਰ ਦੇ ਵਿੱਚ ਹੀ ਉੱਥੇ ਕੀ ਲਿਖਿਆ ਹੋਇਆ ਸੀ ਇੱਕ ਟੈਗ ਲੱਗਾ ਸੀ ਲੇਬਲ ਲੱਗਾ ਸੀ ਪੇਪਰ ਦਾ ਲਿਖਿਆ ਸੀ drink me so ਬਿਊਟੀਫੁਲੀ ਪ੍ਰਿੰਟ ਕੀਤਾ ਸੀ ਤੇ ਵੱਡੇ ਵੱਡੇ ਅੱਖਰਾਂ ਚ ਲਿਖਿਆ ਸੀ ਕਿ ਮੈਨੂੰ ਪੀਓ ਅਲਾਈਸ ਡਿਸਾਈਡਡ ਟੂ ਟੇਸਟ ਇਟ ਐਂਡ ਫਾਈਂਡਿੰਗ ਇਟ ਵੈਰੀ ਨਾਈਸ ਸੋ ਉਹਨੇ ਕੀ ਫੈਸਲਾ ਲਿਆ ਕਿ ਮੈਨੂੰ ਟੇਸਟ ਕਰਾਂ ਤੇ ਟੇਸਟ ਕਰਨ ਨੂੰ ਕੀ ਲੱਗਾ ਕਿ ਬਹੁਤ ਹੀ ਵਧੀਆ ਜਿਹੜਾ ਫੀਲ ਹੋਇਆ ਉਹਨੂੰ ਇਟ ਹੈਡ ਅ ਸੌਰਟ ਆਫ ਮਿਕਸਡ ਫਲੇਵਰ ਆਫ ਚੈਰੀ ਟਾਰਟ ਕਸਟਰਡ ਪਾਈਨੈਪਲ ਰੋਸਟਰਡ ਕੀ ਟਾਫੀ ਐਂਡ ਹੌਟ ਬਟਰਡ ਟੋਸਟ ਇਨ ਸਾਰੀਆਂ ਚੀਜ਼ਾਂ ਦਾ ਜਿਹੜੀਆਂ ਆਪਾਂ ਪੜੀਆਂ ਚੈਰੀ ਟਾਰਟ, ਕਸਟਰਡ, ਪਾਈਨੈਪਲ, ਰੋਸਟਰ ਕੀ, ਟਾਫੀ ਐਂਡ ਹੌਟ ਬਟਰ ਟੋਸਟ ਇਹਨਾਂ ਸਾਰੀਆਂ ਦਾ ਜਿਹੜਾ ਆ ਉਹਨੂੰ ਸਵਾਦ ਜਿਹੜਾ ਮਿਕਸਡ ਫਲੇਵਰ ਜਿਹੜਾ ਇਹ ਚੋਂ ਮਿਲਿਆ ਸ਼ੀ ਵੈਰੀ ਸੂਨ ਫਿਨਿਸ਼ਡ ਇਟ ਆਫ ਉਹਨੇ ਸਾਰਾ ਹੀ ਉਹਨੂੰ ਛੇਤੀ ਹੀ ਖਤਮ ਕਰ ਲਿਆ ਜਾਂ ਪੀ ਲਿਆ ਵਾਟ ਅ ਕਿਊਰੀਅਸ ਫੀਲਿੰਗ ਕਿੰਨੀ ਉਹਨੂੰ ਉਤੇਜਨਾ ਭਰੀ ਜਿਹੜੀ ਆ ਫੀਲਿੰਗ ਆਈ ਸੈਡ ਅਲਾਈਸ ਉਹਨੇ ਆਪਣੇ ਆਪ ਨੂੰ ਕਿਹਾ ਆਈ ਮਸਟ ਬੀ ਸ਼ਟਿੰਗ ਅਪ ਲਾਈਕ ਅ ਟੈਲੀਸਕੋਪ ਜਿਵੇਂ ਦੂਰਬੀਨ ਆਪਾਂ ਜਦੋਂ ਉਹਨੂੰ ਵੱਡੀ ਕਰ ਸਕਦੇ ਹਾਂ ਜਾਂ ਛੋਟੀ ਕਰ ਸਕਦੇ ਹਾਂ ਸੋ ਉਸ ਤਰ੍ਹਾਂ ਉਹਨੂੰ ਲੱਗਾ ਕਿ ਮੈਂ ਦੂਰਬੀਨ ਦੀ ਤਰ੍ਹਾਂ ਛੋਟੀ ਹੋ ਰਹੀ ਹਾਂ ਐਂਡ ਸੋ ਇਟ ਵਾਸ ਇਨਡੀਡ ਅਸਲ ਵਿੱਚ ਹੋਇਆ ਇਸ ਤਰ੍ਹਾਂ ਹੀ ਸ਼ੀ ਵਾਸ ਨਾਓਨਲੀ 10 ਇੰਚਸ ਹਾਈ ਸੋ ਦੀ ਕੀ ਹਾਈਟ ਕਿੰਨੀ ਰਹਗੀ 10 ਇੰਚ ਹਾਈਟ ਰਹਗੀ ਭਾਵ ਛੋਟੀ ਹੋਗੀ ਐਂਡ ਹਰ ਫੇਸ ਬ੍ਰਾਈਟਨਡ ਅਪ ਐਟ ਦਾ ਥਾਟ ਥੈਟ ਸ਼ੀ ਵਾਸ ਨਾਓ ਦਾ ਰਾਈਟ ਸਾਈਜ਼ ਫਾਰ ਗੋਇੰਗ ਥਰੂ ਦਾ ਲਿਟਲ ਡੋਰ ਇੰਟੂ 댓 ਲਵਲੀ ਗਾਰਡਨ ਸੋ ਕੀ ਹੋਇਆ ਉਹਦਾ ਫੇਸ ਬ੍ਰਾਈਟਨਡ ਅਪ ਹੋ ਗਿਆ ਚਮਕ ਆ ਗਈ ਉਹਦੇ ਫੇਸ ਦੇ ਉੱਤੇ ਕੀ ਸੋਚ ਕੇ ਕਿ ਹੁਣ ਉਹਦਾ ਜਿਹੜਾ ਸਾਈਜ਼ ਹੈ ਉਹ ਬਿਲਕੁਲ ਪ੍ਰੋਪਰ ਹੋ ਗਿਆ ਵਾ ਕਿ ਉਹ लवली ਗਾਰਡਨ ਤੱਕ ਪਹੁੰਚ ਸਕਦੀ ਆ ਛੋਟੇ ਜਿਹੇ ਡੋਰ ਦੇ ਵਿੱਚੋਂ ਨਿਕਲ ਕੇ ਵੈਨ ਸ਼ੀ ਗੋਟ ਟੂ ਦ ਡੋਰ ਸ਼ੀ ਫਾਊਂਡ ਸ਼ੀ ਹੈਡ ਫੋਰਗੋਟਨ ਦ ਲਿਟਲ ਗੋਲਡਨ ਕੀ ਜਦੋਂ ਡੋਰ ਦੇ ਕੋਲ ਗਈ ਕੀ ਉਹਨੇ ਫਾਊਂਡ ਕੀਤਾ ਕੀ ਮਹਿਸੂਸ ਕੀਤਾ ਵੀ ਲੋ ਉਹਦੀ ਜਿਹੜੀ ਚਾਬੀ ਸੀ ਗੋਲਡਨ ਕੀ ਉਹ ਟੇਬਲ ਦੇ ਉੱਤੇ ਹੀ ਰਹਿ ਗਈ ਐਂਡ ਵੈਨ ਸ਼ੀ ਵੈਂਟ ਬੈਕ ਟੂ ਦਾ ਟੇਬਲ ਫਾਰ ਇਟ ਸ਼ੀ ਵਾਸ ਟੂ ਸਮਾਲ ਟੂ ਰੀਚ ਇਟ ਤੇ ਜਦੋਂ ਟੇਬਲ ਦੇ ਕੋਲ ਗਈ ਤੇ ਉਹਨੂੰ ਲੱਗਾ ਵੀ ਹੁਣ ਤੇ ਮੈਂ 10 ਇੰਚ ਦੀ ਰਹਿ ਗਈ ਆ ਤੇ ਟੇਬਲ ਦੇ ਉੱਪਰ ਚ ਆ ਵੀ ਪਈ ਐ ਤੇ ਕਿਵੇਂ ਫੜ ਸਕਦੀ ਆ ਅਲਾਈ ਸਟਰਾਇਡ ਹਰ ਬੈਸਟ ਟੂ ਕਲਾਈਮ ਅਪ ਵਨ ਆਫ ਦਾ ਲੈਗਸ ਆਫ ਦਾ ਟੇਬਲ ਟੇਬਲ ਦੀ ਜਿਹੜੀਆਂ ਲੈਗਸ ਸੀਗੀਆਂ ਉਹਦੇ ਥਰੂ ਉਹਨੇ ਜਿਹੜੀ ਆ ਉੱਪਰ ਚੜਨ ਦੀ ਕੋਸ਼ਿਸ਼ ਬੜੀ ਕੀਤੀ ਬਟ ਇਟ ਵਾਸ ਟੂ ਸਲਿਪਰੀ ਪਰ ਲੈਗਸ ਜਿਹੜੀਆਂ ਉਹ ਸਲਿੱਪਰੀ ਸੀ ਉਹਦਾ ਪੈਰ ਫਿਸਲ ਜਾਂਦਾ ਸੀ ਉਹ ਚੜ੍ਹ ਨਹੀਂ ਪਾਈ ਐਂਡ ਵੈਨ ਸ਼ੀ ਹੈਡ ਟਾਇਰਡ ਹਰਸੈਲਫ ਆਊਟ ਵਿਦ ਟਰਾਈਂਗ ਦਾ ਪੂਰ ਲਿਟਲ ਥਿੰਗ ਸੈਟ ਡਾਊਨ ਐਂਡ ਕ੍ਰਾਈਡ ਜਦੋਂ ਉਹ ਥੱਕ ਹਰ ਗਈ ਬੜੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਸ ਤੋਂ ਬਾਅਦ ਉਹ نیچے ਬੈਠ ਗਈ ਤੇ ਰੋਣ ਲੱਗ ਪਈ ਸੂਨ ਹਰ ਆਈ ਫੈਲ ਆਨ ਅ ਲਿਟਲ ਗਲਾਸ ਬਾਕਸ ਦੈਟ ਵਾਸ ਲਾਈਂਗ ਅੰਡਰ ਦਾ ਟੇਬਲ ਛੇਤੀ ਹੀ ਕੀ ਉਹਨੂੰ ਨੇੜੇ ਜਿਹੜੀਆਂ ਉਹਦੀਆਂ ਅੱਖਾਂ ਉਹਦੀ ਨਜ਼ਰ ਜਿਹੜੀ ਸੀ ਉਹ ਲिटल ਗਲਾਸ ਦੇ ਬਾਕਸ ਦੇ ਉੱਤੇ ਪਈ ਜਿਹੜਾ ਟੇਬਲ ਦੇ نیچے ਪਿਆ ਸੀ ਸ਼ੀ ਓਪਨਡ ਇਟ ਐਂਡ ਫਾਊਂਡ ਇਟ ਫਾਊਂਡ ਇਨ ਇਟ ਅਸ ਵੈਰੀ ਸਮਾਲ ਕੇਕ ਸੋ ਉਹਨੇ ਉਹਨੂੰ ਖੋਲਿਆ ਤੇ ਉਹਦੇ ਵਿੱਚੋਂ ਕੀ ਉਹਨੂੰ ਲੱਭਾ ਇੱਕ ਸਮਾਲ ਕੇਕ ਸੀਗਾ ਔਨ which the words eat me were beautifully marked in currants ਸੋ ਉਹਦੇ ਉੱਤੇ ਕੀ ਲਿਖਿਆ ਸੀ ਬੜਾ ਸੋਹਣਾ ਸੋਹਣਾ ਕਰਕੇ ਅੱਖਰ ਜਿਹੜੇ ਲਿਖੇ ਸੀ ਈਟ ਮੀ ਕੇ ਮੈਨੂੰ ਖਾਓ ਵੈਲ ਆਈ ਵਿਲ ਈਟ ਇਟ ਉਹਨੇ ਆਪਣੇ ਆਪ ਨੂੰ ਕਿਹਾ ਸੈਡ ਅਲਾਈਸ ਉਹਨੇ ਕਿਹਾ ਕਿ ਹਾਂ ਮੈਂ ਇਹਨੂੰ ਖਾऊंगी ਐਂਡ ਇਫ ਇਟ ਮੇਕਸ ਮੀ ਗ로우 ਲਾਰਜਰ ਆਈ ਕੈਨ ਰੀਚ ਦਾ ਕੀ ਜੇ ਮੈਨੂੰ ਵੱਡਾ ਕਰ ਦੂਗਾ ਤੇ ਮੈਂ ਜਿਹੜੀ ਆ ਉਹ ਕੀ ਤੱਕ ਚਾਬੀ ਤੱਕ ਪਹੁੰਚ ਜਾਵਾਂਗੀ ਐਂਡ ਇਫ ਇਟ ਮੇਕਸ ਮੀ ਗ로우 ਸਮਾਲਰ ਆਈ ਕੈਨ ਕ੍ਰੀਪ ਜੇ ਇਹ ਮੈਨੂੰ ਹੋਰ ਛੋਟਾ ਕਰ ਦੂਗਾ ਕੀ ਇੱਕ ਖਾਦਾ ਤੇ ਮੈਂ ਜਿਹੜੀ ਔਰਿੰਗਣ ਲੱਗ ਪੂੰਗੀ ਰਿੰਗਣ ਜੋਗੀ ਹੋ ਜੂੰਗੀ ਅੰਡਰ ਦ ਡੋਰ ਕਿ ਡੋਰ ਦੇ ਨੀਚੋਂ ਵੀ ਜਿਹੜੀ ਨਿਕਲ ਕੇ ਬਾਹਰ ਜਾ ਸਕੂੰਗੀ ਸੋ ਇਦਰਵੇ ਆਈ ਵਿਲ ਗੈਟ ਇਨਟੂ ਦ ਗਾਰਡਨ ਸੋ ਕੁਝ ਵੀ ਹੋਵੇ ਮੈਂ ਗਾਰਡਨ ਤੱਕ ਪਹੁੰਚ ਜੂੰਗੀ ਐਂਡ ਆਈ ਡੋਨਟ ਕੇਅਰ ਵਿਚ ਹੈਪਨਸ ਤੇ ਮੈਨੂੰ ਹੁਣ ਕੋਈ ਪਰਵਾਹ ਨਹੀਂ ਜੋ ਮਰਜ਼ੀ ਹੁੰਦਾ ਰਵੇ ਸ਼ੀ ਏਟ ਅ ਲਿਟਲ ਬਿਟ ਐਂਡ ਸੈਂਡ ਐਂਕਸ਼ੀਅਸਲੀ ਸੋ ਉਹਨੇ ਇੱਕ ਬਾਈਟ ਜਿਹੜੀ ਉਹਦੇ ਲਈ ਛੋਟਾ ਜਿਹਾ ਖਾਦਾ ਤੇ ਆ ਟੂ ਹਰ ਸੈਲਫ ਆਪਣੇ ਆਪ ਨੂੰ ਕੀ ਕਿਹਾ ਬੜੀ ਹੈਰਾਨੀ ਨਾਲ ਕਿਹਾ ਵਿਚ ਵੇ ਵਿਚ ਵੇ ਹੁਣ ਕਿੱਧਰ ਨੂੰ ਜਾ ਰਹੀ ਹਾਂ ਮੈਂ ਕਿਵੇਂ ਜਾ ਰਹੀ ਹਾਂ ਹੋਲਡਿੰਗ ਹਰ ਹੈਂਡ ਔਨ ਦਾ ਟਾਪ ਆਫ ਹਰ ਹੈਡ ਆਪਣੇ ਸਿਰ ਦੇ ਉੱਤੇ ਹੱਥ ਰੱਖ ਕੇ ਕਹਿੰਦੀ ਟੂ ਫੀਲ ਵਿਚ ਵੇ ਸ਼ੀ ਵਾਸ ਗਰੋਇੰਗ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹੈ ਕਿ ਉਹ ਕਿਵੇਂ ਵੱਡੀ ਹੁੰਦੀ ਜਾ ਰਹੀ ਹੈ ਸੋ ਇੱਥੇ ਚੈਪਟਰ ਖਤਮ ਹੁੰਦਾ ਬੇਟੇ ਸੋ ਬਾਕੀ ਜਿਹੜਾ ਐਕਸਰਸਾਈਜ਼ ਆਪਾਂ ਫੇਰ ਕਰਾਂਗੇ